पंजाब विच दिनों दिन कतल दियां वारदातां में लगातार वाधा हुंदा जा रहा है। कई कतल दियां वारदातां नूं तां पुलिस वल्लों हल कर लिया जांदा है, पर कई वारदातां विच दोषी पुलिस दी गिरफ्त तों बाहर रहिंदे हन। इसे तहत नाभा ब्लाक दे पिंड ककराला विखे दो दिन पहला होए बाबा कृष्ण दास दे कतल मामले च नाभा पुलिस नूं वड्डी सफलता मिली है। पुलिस वल्लों 48 घंटे विच इस मामले नूं हल करके 7 दोषियां नूं गिरफ्तार कर लिया गया है। इस संबंधी DSP नाभा मनप्रीत सिंह ने दस्या कि इस कतल नूं सुलझाउण लई वख-वख टीमां बनाईयां गईयां सन अते सारे ही दोषियां नूं गिरफ्तार करके कतल दा मामला दर्ज कर दिता गया है। नाभा तों कुलदीप सिंह दी रिपोर्ट, जगसेवक वैब TV। ਇਹ ਇੱਕ ਬਾਬਾ ਜੀ ਕ੍ਰਿਸ਼ਨ ਦਾਸ ਕਹਿੰਦੇ ਨੇ ਉਹਨਾਂ ਨੂੰ ਉੱਥੇ ਆ ਕਕਰਾਲੇ ਪਿੰਡ 'ਚ, ਅਤੇ ਉਹਨਾਂ ਰਾਤੀ ਕੋਈ 10 ਵਜੇ ਸਾਨੂੰ ਇਨਫੋਰਮੇਸ਼ਨ ਆਈ ਵੀ ਉੱਥੇ ਲੜਾਈ ਝਗੜਾ ਹੋਇਆ ਅਤੇ ਸਵੇਰੇ ਕਰੀਬ ਉਹਨਾਂ ਦੀ ਮੌਤ ਹੋ ਗਈ ਹਸਪਤਾਲ 'ਚ। ਅਤੇ ਰੀਜ਼ਨ ਇਹਦੇ ਵਿੱਚ ਕੋਈ ਆਪਸੀ ਰੰਜਿਸ਼ ਸੀਗੀ, ਜੋ ਮਦਈ ਦੇ ਬਿਆਨ ਮੁਤਾਬਕ ਕਿ 18 ਤਰੀਕ ਨੂੰ ਇਹ ਆਪਸ 'ਚ ਪਹਿਲਾਂ ਇੱਥੇ ਬੈਠਿਆ, ਇਹਨਾਂ ਦਾ ਕੋਈ ਆਪਸ 'ਚ ਰੌਲਾ ਪਿਆ ਅਤੇ ਉਸ ਰੰਜਿਸ਼ ਕਰਕੇ ਇਹਨਾਂ ਨੇ ਰਾਤ ਨੂੰ ਇੱਥੇ ਆ ਕੇ ਇਹਨਾਂ ਦੀ ਕੁੱਟਮਾਰ ਕੀਤੀ ਅਤੇ ਕੁੱਟਮਾਰ ਦੇ ਕਰਕੇ ਇਹਨਾਂ ਕੋਲ ਸੱਟਾਂ ਕੁਛ ਜ਼ਿਆਦਾ ਅੰਦਰੂਨੀ ਲੱਗਣ ਕਰਕੇ ਇਹਨਾਂ ਦੀ ਮੌਤ ਹੋ ਗਈ। ਅਤੇ ਇਹਦੇ 'ਚ ਸਾਰੇ ਦੋਸ਼ੀ ਸੀਗੇ ਜਿਹੜੇ ਅਸੀਂ ਗ੍ਰਿਫਤਾਰ ਕਰ ਲਏ ਅਤੇ ਅੱਜ ਉਹਨੂੰ ਪੇਸ਼ ਕਰਕੇ ਉਹਨਾਂ ਦਾ ਰਿਮਾਂਡ ਲੈ ਰਹੇ। ਇਹ 'ਚ 7 ਬੰਦੇ ਨੇ ਜੀ, 4 ਤੁੰਗਾਂ ਦੇ ਨੇ ਪਿੰਡ ਦੇ ਅਤੇ ਇੱਕ ਸਾਧੂ ਹੇੜੀ ਦਾ, ਇੱਕ ਕਕਰਾਲੇ ਦਾ ਅਤੇ ਇੱਕ ਸਕੋਹਾਂ ਪਿੰਡ ਦਾ। ਕਾਰਨ ਦੱਸਿਆ ਜੀ ਤੁਹਾਨੂੰ ਵੀ ਹਾਂ ਵੀ ਆਪਸੀ ਰੰਜਿਸ਼ ਸੀ, ਪੁਰਾਣੀ ਲੜਾਈ ਸੀਗੀ ਅਤੇ 18 ਤਰੀਕ ਨੂੰ ਇਸੇ ਮਹੀਨੇ ਦੀ ਇੱਕ ਹਫ਼ਤਾ ਪਹਿਲਾਂ ਤਕਰੀਬਨ ਇਹ ਆਪਸ 'ਚ ਪਹਿਲਾਂ ਵੀ ਹੱਥੋਂ ਪਾਈ ਹੋਏ ਸੀਗੇ।